ਤੇ ਡੁੱਬ ਗਿਆ ਫੇਰ ਭਾਈ ਨਾ ਇਹ ਨਾ ਕਰ ਓਏ ਉਹ ਪਾਣੀ ਚਲੇ ਗਿਆ ਵਿੱਚੋਂ ਰਹਿਣ ਦਿਓ ਰਹਿਣ ਨਹੀਂ ਖਿੱਚਿਆ ਜਾਣਾ ਬੁੱਟ ਰਹਿਣ ਤੇ ਆ ਦੇਖੋ ਇਹਦੇ ਨਾਲ ਖਿੱਚਣ ਨੂੰ ਫਾਇਦਾ ਡੱਡੂ ਨੂੰ ਹਾਂ ਭਾਈ ਹੈਲੋ ਪਰ ਤੇਰੀ ਪਾਣੀ ਡੱਡੂ ਕੀ ਡੱਡੂ ਓਏ ਉਹ ਬੁੱਟ ਉਹ ਮਾਰਿਆ ਚੱਕ ਕੇ ਡੱਡੂ ਵਾਰ ਉਹ ਮਾਰਿਆ ਚੱਕ ਕੇ ਜੱਬ ਕਰਨ ਵਾਲੇ ਲਿਵਿੰਗ ਇਨ ਪੂਲ ਫੋਰ 24 ਆਰ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀ ਇਹਦੇ ਤਾਂ ਫਾਈਨਲੀ ਆਪਾਂ ਲੈ ਕੇ ਆ ਚੁੱਕੇ ਆ ਬਾਕੀ ਯਾਰ ਫਟਾਫਟ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਕਿਉਂਕਿ ਆਪਾਂ ਇਦਾਂ ਦੇ ਚੈਲੰਜ ਲੈ ਕੇ ਆਉਂਦੇ ਰਹਿੰਦੇ ਆ ਬਾਕੀ ਸਰਵਾਈਵ ਕਿਵੇਂ ਕਰਨਾ ਇੱਥੇ ਤੇ ਜਿਹੜਾ ਬੰਦਾ ਪਹਿਲਾਂ ਪੂਲ ਚੋਂ ਨਿਕਲਿਆ ਆ ਉਹ ਬੰਦਾ ਹਾਰ ਗਿਆ ਇਹ ਚੈਲੰਜ ਆ ਤੇ ਮੇਰੇ ਨਾਲ ਆ ਬੁੱਟਰ ਤੇ ਅਮਨ ਚਲੋ ਹੁਣ ਫਟਾਫਟ ਆਪਾਂ ਚੈਲੰਜ ਨੂੰ ਸਟਾਰਟ ਕਰਦੇ ਆ ਪਹਿਲਾਂ ਤੁਹਾਨੂੰ ਆਪਾਂ ਪੂਲ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਬੁੱਟਰ ਜੀ ਕੀ ਹਾਲ ਚਾਲ ਨੇ ਵਧੀਆ ਨਹੀਂ ਭਰਾ ਤੁਸੀਂ ਮਤਲਬ ਅੱਜ ਰਹਿ ਸਕਦੇ ਹੋ 24 ਘੰਟੇ ਵਿੱਚ ਕਿ ਨਹੀਂ ਜਿਹੜਾ ਪਹਿਲਾ ਬੰਦਾ ਬਾਹਰ ਆ ਗਿਆ ਉਹ ਬੰਦਾ ਹਾਰ ਗਿਆ ਇਹ ਚੈਲੰਜ ਆ ਪਰ ਖਾਣ ਨੂੰ ਚਾਹੀਦਾ ਕਹਿੰਦੇ ਵਿੱਚ ਹੀ ਖਾਣ ਪੀਣ ਨੂੰ ਮਿਲਣਾ ਚਾਹੀਦਾ ਆਪਾਂ ਨੂੰ ਫੇਰ ਆ ਸਹੀ ਹੈ ਨਾ ਕੰਮ ਕਿਉਂਕਿ ਇੱਥੇ ਵਿੱਚ ਹੀ ਮਿਲੇ ਵਧੀਆ ਰਹਿੰਦਾ ਬਾਕੀ ਬਾਹਰ ਵੀ ਸੋਹਣੀ ਲੋਕੇਸ਼ਨ ਬਣੀ ਹੋਈ ਆ ਓਏ ਬੁੱਟਰ ਇੱਧਰ ਆ ਜਾ ਇੱਧਰ ਆ ਜਾ ਹੁਣੇ ਨਾ ਡਿੱਗ ਜੀ ਆਹ ਤਾਂ ਵੱਢ ਨੂੰ ਬਾਹਰ ਹੁਣੇ ਡਿੱਗ ਪਿਆ ਨਾ ਹੁਣੇ ਚੈਲੰਜ ਸਟਾਰਟ ਹੋ ਜਾਣਾ ਠੀਕ ਆ ਫਟਾਫਟ ਆਪਾਂ ਕੱਪੜੇ ਲਾਈਏ ਹਾਂ ਮਤਲਬ ਪੂਲ 'ਚ ਜਾਣ ਲਈ ਚਲੋ ਫਟਾਫਟ ਚੱਲੀਏ ਅਮਨ ਵੀਰੇ ਆ ਜਾਓ ਅਮਨ ਵੀਰ ਆ ਚੁੱਕਿਆ ਅਮਨ ਵੀਰੇ ਚਲੋ ਚੈਲੰਜ ਨੂੰ ਸਟਾਰਟ ਕਰੋ ਅੱਜ ਆਪਾਂ ਛਾਲਾਂ ਮਾਰਨੀਆਂ ਨੇ ਉਹ ਕੀ ਹਿੱਟ ਨਵੀਂ ਹੈ ਜੇ ਕੱਪੜੇ ਕੁੱਪੜੇ ਲਾਉਣੇ ਆ ਤੂੰ ਚੈਲੰਜ ਕਰ ਲੇਗਾ ਪ੍ਰੋਪਰ ਹਾਂ ਹਾਂ ਕਰ ਲਾਂਗੇ ਦੇਖ ਲੈ ਵੀਰੇ ਪੂਰੇ 24 ਘੰਟੇ ਰਹਿਣਾ ਮੈਂ ਮੈਨੂੰ ਤਾਂ ਸ਼ੌਂਕ ਹੀ ਬੜਾ ਇਸ ਚੀਜ਼ ਦਾ ਸਹੀ ਗੱਲ ਆ ਇਹ ਤੁਹਾਨੂੰ ਲੈ ਕੇ ਆਇਆ ਖੱਤੀ ਕਹਿੰਦਾ ਵੀ ਚਲੋ ਆਪਾਂ ਇੱਕ ਵਾਰੀ ਤਾਂ ਮੈਂ ਘਰੇ ਵੀ ਬਣਵਾਉਣ ਲੱਗਿਆ ਸੀਗਾ ਸਹੀ ਗੱਲ ਆ ਘਰੇ ਬਾਈ ਨੇ ਗੰਦ ਪਵਾ ਦੇਣਾ ਸੀਗਾ ਬਾਤ ਗਿਆ ਅਸੀਂ ਰੋਕਿਆ ਮੰਮੀ ਵੀ ਮੰਨ ਗਈ ਸੀ ਜਿੱਥੇ ਆਪਣੀ ਗੱਡੀ ਲੱਗਦੀ ਆ ਹੈਨਾ ਉੱਥੇ ਬਣਾਉਣ ਲੱਗਿਆ ਸੀ ਮੈਂ ਸੌਂ ਲੱਗਿਆ ਜੇ ਬਣਵਾ ਲੈਂਦਾ ਨਾ ਜਦੋਂ ਮੈਂ ਤੱਫੇ ਇਹੋ ਜੇ ਮਾਰਨੇ ਸੀ ਨਾ ਇਹਦੇ ਅਸੀਂ ਦੋਨਾਂ ਨੇ ਨੰਨਾ ਪਾ ਕੇ ਇਹ ਨਹੀਂ ਮੰਮੀ ਮੰਮੀ ਇਹ ਨਹੀਂ ਬਣਾਉਣਾ ਤੇ ਘਰ ਦੇ ਵੀ ਮੰਨ ਗਏ ਸੀ ਕਹਿੰਦੇ ਹਾਂ ਕੋਈ ਚੱਕਰ ਨਹੀਂ ਤੂੰ ਬਣਵਾ ਲੈ ਇੱਥੇ ਮੈਂ ਕਿਹਾ ਤੁਹਾਡਾ ਦਿਮਾਗ ਖਰਾਬ ਆ ਇਹ ਤੁਸੀਂ ਕੀ ਕਰੀ ਯਾਰ ਵੈਸੇ ਸਾਈਡ ਤੇ ਬਣਵਾਉਣਾ ਸੀ ਉਹਨਾਂ ਨੇ ਪਰ ਚਲੋ ਸ਼ੁਕਰ ਆ ਨਹੀਂ ਬਣਵਾਇਆ ਹੁਣ ਆਪਾਂ ਨੂੰ ਜਗ੍ਹਾ ਮਿਲ ਗਈ ਹੁਣ ਫਟਾਫਟ ਇੱਥੇ ਮਾਰੀਏ ਟੁੱਬੀਆਂ ਆਪਾਂ ਉਦੋਂ ਬਾਅਦ ਚੈਲੰਜ ਨੂੰ ਕਰੀਏ ਸਟਾਰਟ ਸਾਨੂੰ ਕੁਝ ਨਹੀਂ ਪਤਾ ਵੀ ਕਿੰਨਾ ਡੂੰਗਾ ਕਿੰਨਾ ਨਹੀਂ ਤਾਂ ਸਭ ਤੋਂ ਪਹਿਲਾਂ ਉਹੀ ਦੇਖਦੇ ਆ ਠੰਡਾ ਬਹੁਤ ਆ ਬੁੱਟਰ ਕੀ ਹੋ ਗਿਆ ਠੰਡਾ ਬਹੁਤ ਆ ਪਾਣੀ ਪਾਣੀ ਤਾਂ ਠੰਡਾ ਹੋਊਗਾ ਹੀ ਫਿਰ ਕਿੰਨਾ ਡੂੰਗਾ ਦੱਸ ਡੂੰਗਾ ਨਹੀਂ ਹੋਈ ਤਾਂ ਪਤਾ ਲੱਗਿਆ ਉਹ ਵਾਹਿਗੁਰੂ ਵਾਹਿਗੁਰੂ ਜਿਹੜਾ ਸਦੀਆਂ ਬਾਅਦ ਨਹਾਉਣ ਵਾਲੇ ਪਾਣੀ ਠੰਡਾ ਹੀ ਲੱਗੂਗਾ ਹੁਣ ਇਹਨਾਂ ਨੂੰ ਪੂਰਾ ਉਹਦੇ ਤਾਂ ਠੀਕ ਆ ਦਮਾ ਠੀਕ ਆ ਸਹੀ ਆ ਹਾਂ ਅੱਗੇ ਜਾ ਕੇ ਦੇਖ ਹੁਣ ਕਿੰਨਾ ਡੂੰਗਾ ਵਾ ਸਾਨੂੰ ਦੱਸ ਉਧਰ ਜਾ ਕੇ ਦੇਖਾਂਗੇ ਕਿੰਨਾ ਡੂੰਗਾ ਆ ਠੀਕ ਆ ਓਏ ਫੇਰਦਾ ਓਏ ਤਾਂ ਇਹਦਾ ਜਲ ਪਰਾ ਆ ਮੈਨੂੰ ਤਾਂ ਅੱਜ ਪਤਾ ਲੱਗਿਆ ਪਰਾ ਵਾ ਜਲ ਪਰਾ ਨਹੀਂ ਆ ਮੈਂ ਹੁਣ ਬਾਈ ਸਟਾਰਟ ਕਰਦਾ ਠੀਕ ਆ ਖੜ ਜਾਓ ਤੁਹਾਨੂੰ ਮੈਂ ਤੈਰ ਕੇ ਦਿਖਾਉਣਾ ਤੁਹਾਡੇ ਕੋਲੇ ਜਾ ਕੇ ਦਿਖਾਉਣਾ ਖੜ ਜਾਓ 1 2 3 4 7 8 9 10 ਆ ਵਾਹ ਜੀ ਵਾਹ ਪਹੁੰਚ ਗਿਆ ਮੁੰਡਾ ਕਹਿੰਦੇ ਸੁਣਨਾ ਬੰਦ ਹੋ ਗਿਆ ਪਰਨੇ ਕਰਕੇ ਮੈਨੂੰ ਇੰਨਾ ਪਤਾ ਬੁਲਟ ਸੀ ਪਰ ਪਲਟੀਨਾ ਲੱਗੀ ਜਾਂਦਾ ਸੀ ਬਾਈ ਪਾਣੀ ਠੰਡਾ ਵਾ ਤੇ ਸਿਰ 'ਚ ਪੈ ਗਿਆ ਤਾਂ ਕਰਕੇ ਵਾਹਲਾ ਟਾਈਮ ਆਪਾਂ ਇੱਥੇ ਨਹਾ ਨਹੀਂ ਸਕਦੇ ਪਰ ਦੇਖਾਂਗੇ ਯਾਰ ਟਰਾਈ ਜ਼ਰੂਰ ਕਰਾਂਗੇ ਕਿ ਚੈਲੰਜ ਨੂੰ ਆਪਾਂ ਕੰਪਲੀਟ ਕਰੀਏ ਠੀਕ ਆ ਪੂਰਾ ਪਰ ਬਿਮਾਰ ਹੋਣ ਦੇ ਚਾਂਸ ਬਹੁਤ ਜ਼ਿਆਦਾ ਅਮਨ ਹੁੰਦਾ ਬਾਹਲਾ ਜ਼ਿਆਦਾ ਪਾਣੀ ਮਾਸ ਆ ਉਹ ਸੰਗੜ ਜਾਣਾ ਵਾ 24 ਘੰਟੇ ਮੈਂ ਕਿਹਾ ਪਰ ਇਹੀ ਨਹੀਂ ਸਕਦਾ ਜਿਹੜਾ ਆਪਣਾ ਮਾਸ ਆ ਉਹ ਨਰਮ ਜਿਹਾ ਹੋ ਜਾਂਦਾ ਪਾਣੀ 'ਚ ਰਹਿ ਰਹਿ ਕੇ ਨਹੀਂ ਨਹੀਂ ਇਹਦਾ ਮਾਸ ਹੀ ਹੋਰ ਜਿਹਾ ਆਪਣਾ ਤਾਂ ਵਧੀਆ ਕੋਈ ਹੈ ਨਾ ਪਾਣੀ ਵੀ ਨੱਦ ਪੈ ਗਿਆ ਓਏ ਕਿਤੇ ਨਾ ਕਿਤੇ ਹੋਰ ਵੀ ਪੈ ਗਿਆ ਮੈਂ ਸਮਝਦਾ ਨਹੀਂ ਵੀ ਨੱਕ ਨੂੰ ਕੀ ਨਹੀਂ ਪੈ ਗਿਆ ਅੱਖ ਹੀ ਨਹੀਂ ਪੈ ਗਿਆ ਮੈਂ ਓਕੇ ਹੈ ਹੀ ਨਹੀਂ ਵੀਡੀਓ ਵਿੱਚ ਅੱਗੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਕਿ ਇਹੋ ਜਿਹੀ ਵੈਬਸਾਈਟ ਦੀ ਜੇ ਤੁਸੀਂ ਮਤਲਬ ਸਿੰਪਲ ਗੇਮਸ ਖੇਡ ਕੇ ਪ੍ਰੈਡਿਕਸ਼ਨ ਕਰਕੇ ਤੁਸੀਂ ਮਤਲਬ ਅਰਨਿੰਗ ਕਰ ਸਕਦੇ ਹੋ ਲਿੰਕ ਤੁਹਾਨੂੰ ਪਿੰਨ ਕਮੈਂਟ ਦੇ ਵਿੱਚ ਮਿਲ ਜੂਗਾ ਤੁਸੀਂ ਜਾ ਕੇ ਫੋਲੋ ਕਰੋ ਲਿੰਕ ਨੂੰ ਤੇ ਇੱਥੇ ਯਾਰ ਬਹੁਤ ਸਾਰੀਆਂ ਗੇਮਸ ਨੇ ਤੇ ਮੇਰੀ ਫੇਵਰਟ ਗੇਮ ਹੈ ਇੱਥੇ ਯਾਰ ਮਾਈਨਸ ਵਾਲੀ ਇੱਥੇ ਮਤਲਬ ਤੁਸੀਂ ਇਹ ਅਪਡੇਟ ਕਰਨਾ ਹੁੰਦਾ ਕਿ ਜਿਹੜੇ ਮਤਲਬ ਮਾਈਨਸ ਆ ਤੇ ਮਤਲਬ ਬੌਮਬਸ ਆ ਉਹ ਕਿਹੜੇ ਕਿਹੜੇ ਟਾਈਲ ਦੇ ਵਿੱਚ ਆ ਇੱਥੇ ਟੋਟਲ ਮਤਲਬ ਹੁੰਦੀਆਂ ਨੇ 16 ਟਾਈਲਸ ਤੇ ਜੇ ਤੁਸੀਂ ਮਤਲਬ ਇੱਕ ਦੋ ਵਿੱਚ ਵੀ ਟਾਈਲਾਂ ਵਿੱਚ ਗੈਸ ਕਰ ਲਿਆ ਤੁਹਾਨੂੰ ਮਤਲਬ ਅਰਨਿੰਗ ਹੋ ਜੂਗੀ ਇੱਥੇ ਇਸ ਤਰੀਕੇ ਨਾਲ ਹੁਣ ਮੈਂ ਇੱਥੇ ਪ੍ਰੈਡਿਕਸ਼ਨ ਕੀਤੀ ਕਿ ਇੱਥੇ ਇੱਥੇ ਮਾਈਨਸ ਤੇ ਮਤਲਬ ਬੰਬ ਹੋ ਸਕਦੇ ਆ ਤੇ ਮੈਂ ਜਿੱਤ ਗਿਆ ਤੇ ਹੁਣ ਮੈਨੂੰ ਅਰਨਿੰਗ ਹੋ ਚੁੱਕੀ ਆ ਤੁਹਾਨੂੰ ਪਤਾ ਅੱਜ ਕੱਲ੍ਹ IPL ਚੱਲ ਰਿਹਾ ਤੁਸੀਂ ਮਤਲਬ ਇੱਥੇ ਇਹ ਪ੍ਰੈਡਿਕਸ਼ਨ ਕਰਨੀ ਹੁੰਦੀ ਵੀ ਕਿਹੜੀ ਟੀਮ ਮੈਚ ਜਿੱਤੂਗੀ ਤੁਸੀਂ ਇਸ ਤਰੀਕੇ ਨਾਲ ਪ੍ਰੈਡਿਕਸ਼ਨ ਕਰਕੇ ਵੀ ਇੱਥੇ ਅਰਨਿੰਗ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਹਾਨੂੰ ਲਾਈਵ ਸਕੋਰ ਵੀ ਮੈਚ ਦੇ ਪਤਾ ਲੱਗ ਜਾਂਦੇ ਆ ਇੱਥੇ ਤਾਂ ਮਤਲਬ ਪ੍ਰੈਡਿਕਸ਼ਨ ਕਰਨੀ ਸੌਖੀ ਹੋ ਜਾਂਦੀ ਹੈ ਇਸ ਸਾਈਡ ਤੇ ਇੱਕ ਇਵੈਂਟ ਚੱਲ ਰਿਹਾ ਤੁਸੀਂ ਇੱਥੇ ਮਤਲਬ ਐਕਸਾਈਟਿੰਗ ਪ੍ਰਾਈਸਿਸ ਵੀ ਜਿੱਤ ਸਕਦੇ ਹੋ ਇੱਥੇ ਇੱਕ ਲੱਕੀ ਸਪਿਨ ਵੀ ਮਿਲਦਾ ਜੋ ਕਿ ਬਿਲਕੁਲ ਫ੍ਰੀ ਆ ਤੇ ਉਹ ਡੇਲੀ ਮਿਲਦਾ ਲੱਕੀ ਵੀ ਨੂੰ ਸਪਿਨ ਕਰੋ ਤੇ ਯਾਰ ਮੌਕਾ ਪਾਓ ਕਾਫੀ ਸਾਰੇ ਐਕਸਾਈਟਿੰਗ ਪ੍ਰਾਈਸਿਸ ਜਿੱਤਣ ਦਾ ਤੇ ਇੱਥੇ ਗ੍ਰੈਂਡ ਪ੍ਰਾਈਜ਼ ਹੈ ਯਾਰ ਪੂਰੇ ਬਿਟਕੋਇਨ ਦਾ ਤੁਸੀਂ ਮੰਨ ਕੇ ਚੱਲੋ ਯਾਰ ਬਿਟਕੋਇਨ ਨਹੀਂ ਵੀ ਜਿੱਤੇ ਤਾਂ ਵੀ ਤੁਸੀਂ ਡੇਲੀ ਦੇ ਇੱਥੇ 100-200 ਰੁਪਏ ਕਮਾ ਸਕਦੇ ਹੋ ਫਸਟ ਡਿਪੋਜ਼ਿਟ ਤੇ ਪਾਓ 300% ਦਾ ਬੋਨਸ ਯਾਰ ਮਤਲਬ ਇਹ ਆਫਰ ਬਹੁਤ ਲਿਮਿਟਿਡ ਟਾਈਮ ਲਈ ਆ ਤਾਂ ਹੁਣੇ ਜਾਓ ਤੇ ਚੈੱਕ ਕਰੋ ਲਿੰਕ ਇਨ ਪਿੰਡ ਕਮੈਂਟ ਚਲੋ ਗਾਇਸ ਆਪਾਂ ਵੀਡੀਓ ਦੀ ਹੋਰ ਵੱਧਦੇ ਆ ਹੁਣ ਇੱਧਰ ਵੀ ਪਾਣੀ ਆ ਇੱਧਰ ਵੀ ਪਾਣੀ ਆ ਇਹਦੇ ਤੇ ਚੱਲ ਕੇ ਮੈਂ ਵੀਡੀਓ ਬਣਾਉਣੀ ਆ ਹਾਂ ਤੇ ਚਪੇੜ ਬਹੁਤ ਜ਼ੋਰ ਦੀ ਮਾਰੂ ਆਹ ਦੇਖ ਲੱਗੀ ਕਰੀ ਜਾਂਦਾ
ਉਹ ਜੇ ਫੋਨ ਡੈਗ ਪਾ ਚਪੇੜਾ ਬਹੁ ਮਾਰੂੰਗਾ ਇਹ ਵਾਟਰਪ੍ਰੂਫ ਨਹੀਂ ਹੈਗਾ ਪਹੁੰਚ ਗਿਆ ਹਰਸ਼ ਜਿਹੜੀ ਜਿਹੜੀ ਗੱਲ ਕਹੀ ਸੀ ਨਾ ਮੈਨੂੰ ਯਾਦ ਆ ਨਾ ਉਹੀ ਚੀਜ਼ ਨਾ ਵਿੱਚ ਕਰ ਰਹੀ ਹੈ ਓਏ ਕਿਹੜਾ ਸੀ ਯਾਰ ਕਿ ਬਸ ਉਹ ਨਹੀਂ ਸਾਡੇ ਖੜ ਗਿਆ ਹੱਥ ਮਾਰੀ ਜੰਨ ਆ ਗਿਆ ਮੈਂ ਤੇਰੇ ਕੋਲ ਉਹਦਾ ਪਾਣੀ ਨਾ ਭਾਈ ਪਾਣੀ ਨਾ ਉਹ ਪਾਣੀ ਨਾ ਭੈਣਾ ਪਾਣੀ ਨਾ ਬਈ ਫੋਨ ਮੇਰਾ ਵਾਟਰਪ੍ਰੂਫ ਨਹੀਂ ਹੈਗਾ ਵਾਟਰਪ੍ਰੂਫ ਆ ਗਿਆ ਇਹ ਵੀ ਮਾਰਦਾ ਯਾਰ ਕੋਈ ਪਤਾ ਨਹੀਂ ਹੁੰਦਾ ਅਮਣ ਆ ਜਾ ਓਏ ਪਾਣੀ ਠੰਡਾ ਭਾਈ ਤੂੰ ਦੱਸਤਾ ਮੈਨੂੰ ਠੰਡਾ ਤਾਂ ਹੁਣ ਹੋਣਾ ਹੀ ਆ ਪਾਣੀ ਹੁਣ ਅਮਣ ਆਉਣ ਲੱਗਾ ਜਦੋਂ ਅਮਣ ਆ ਗਿਆ ਫਿਰ ਆਪਣਾ ਚੈਲੰਜ ਸਟਾਰਟ ਹੋ ਜਾਣਾ ਬਾਹਲਾ ਟਾਈਮ ਆਪਾਂ ਰਹਿ ਨਹੀਂ ਸਕਦੇ ਮੈਨੂੰ ਸੱਚੀ ਸਮਝ ਨਹੀਂ ਆ ਰਹੀ ਆਪਾਂ ਕਿਵੇਂ ਰਹਾਂਗੇ ਇੱਥੇ ਬਾਹਲਾ ਟਾਈਮ ਬੁੱਟਰ ਤੂੰ ਭੱਜ ਕੇ ਘੋੜੇ ਵਾਂਗੂ ਕਿਉਂ ਤੁਰ ਰਿਹਾ ਭਾਈ ਦਰਿਆਈ ਘੋੜੇ ਤਰ੍ਹਾਂ ਮੈਂ ਇੱਥੇ ਬਹਿਣ ਲੱਗਿਆ ਤੈਨੂੰ ਲੱਤਾਂ ਫੜ ਕੇ ਗੱਟੀ ਲਿਆ ਓਏ ਜਲਦੀ ਆ ਮੈਂ ਪਹਿਲਾਂ ਸੋਚੂਗਾ ਇੱਥੇ ਬਹਿ ਕੇ ਮੈਂ ਬਾਈ ਹਜੇ ਨਹੀਂ ਹੋਣਾ ਵਾ ਨਾ ਇਦਾਂ ਨਾ ਖਿੱਚੀ ਆਈ ਆ ਆਪੇ ਆਉਂਗਾ ਬਾਈ ਮੈਂ ਜਲਦੀ ਆ ਪਰ ਪਰ ਯਾਰ ਸਿੱਧਾ ਕਰ ਤੂੰ ਆਈਫੋਨ 14 ਚਾਹੁੰਦਾ ਮੈਂ ਨਹੀਂ ਚਾਹੁੰਦਾ ਮਹਿੰਗਾ ਬਹੁਤ ਹੁਣ ਤਾਂ ਹੋਣਾ ਹੀ ਪੈਣਾ ਹੁਣ ਤਾਂ ਹੋਣਾ ਹੀ ਪੈਣਾ ਆ ਤੇਰਾ ਲੱਗ ਗਿਆ ਹੁਣ ਬਾਈ ਜਿਹੜਾ ਬੰਦਾ ਬਾਹਰ ਗਿਆ ਇੱਥੋਂ ਉਹ ਬੰਦੇ ਨੇ ਹਾਰ ਜਾਣਾ ਤੇ ਉਹ ਬੰਦੇ ਨੂੰ 120 ਲੱਖ ਰੁਪਿਆ ਜੁਰਮਾਨਾ डोबना नहीं भरावा तराक है नहीं इत्थे कोई दो बार इन सूए तो कढ़िया सी पहला मेरे वड्डे भरा ने कढ़े मैनू देख लो सूए तो नहा नहा के इत्थे आ गए मैं भी डुब्या सीगा अमन उथे ना इन ऐसी भी थोड़ा ही होना है जिवें डूंगा खड़ के फटाफट छाल मार दे डूंगा आई मैं फड़िया अंदरों तैरना नहीं आता अज मैं व्लॉग ही बना रहा होना जो हम ਇੰਨਾ ਵੀ ਨਹੀਂ ਐਡਾ ਵੀ 20 ਫੁੱਟ ਦਾ ਨਹੀਂ ਸੀ ਨਹੀਂ ਭਾਈ ਮੇਰਾ ਡੁੱਬਣ ਨਾਲ ਕਈ ਹੋ ਗਿਆ ਸੀ ਇੱਕ ਤਰ੍ਹਾਂ ਦਾ ਤੈਰਦਾ ਮੈਂ ਤਾਂ ਜਾਂਦਾ ਹੀ ਨਹੀਂ ਸੀ ਇਹਨਾਂ ਤੇ ਪੈਰ ਤੂੰ ਮਾਰ ਆ ਯਾਰ ਡੁੱਬ ਗਿੱਲੀ ਚਪੇੜ ਮਾਰੂ ਗਿੱਲੀ ਚਪੇੜ ਹੁਣ ਭਾਈ ਛਾਲਾਂ ਮਾਰਨੀਆਂ ਓਏ ਬਾਹਰ ਤਾਂ ਜਾ ਨਹੀਂ ਸਕਦੇ ਨਹੀਂ ਨਹੀਂ ਭਾਈ ਆ ਪੂਲ ਦੀ ਕਾਂ ਤੇ ਤਾਂ ਖੜੀ ਸਕਦੇ ਆ ਚਲ ਠੀਕ ਆ ਠੀਕ ਆ ਛਾਲ ਮਾਰਦੇ ਉਂਝ ਲਈ ਖੜੀ ਆਪਾਂ ਦੋਨੇ ਖੇਡਦੇ ਆ ਚਲ ਆ ਜਾ ਬਲ ਅਮਨ ਪਿੱਛੇ ਹੋ ਜੂਗਾ ਆਪਾਂ ਦੋਨੇ ਖੇਡਾਂਗੇ ਤੂੰ ਮੈਨੂੰ ਫੜਨਾ ਠੀਕ ਆ ਚਾ ਠੀਕ ਆ ਤੂੰ ਮੈਨੂੰ ਫੜ ਬਈ ਪਹਿਲਾਂ ਮੈਂ ਪਹਿਲਾਂ ਤੂੰ ਮੈਨੂੰ ਫੜਦਾ ਫਿਰ ਮੈਂ ਤੈਨੂੰ ਕਾ ਫੇ ਜਾ ਬੈ ਲਾ ਬੱਜ ਗਿਆ ਫੜ ਹੀ ਨਹੀਂ ਹੋਇਆ ਬੁੱਟਰ ਤੋਂ ਫੜੂਗਾ ਫੜ ਜਾ ਤੈਰਦਾ ਪੈਣਾ ਹੀ ਆ ਹੁਣ ਤਾਂ ਹੁਣ ਕਿਹਨੇ ਕਿਹਨੂੰ ਫੜਨਾ ਅੱਛਾ ਹੱਥ ਨੇ ਫੜਨਾ ਕੁੱਟਣੀ ਬਾਈ ਹੱਥ ਦੇਖੋ ਇੱਧਰ ਸਹੀ ਗੱਲ ਆ ਹੱਥ ਬੁੱਢੇ ਹੋ ਗਏ ਸਾਨੂੰ ਕਮ ਸੇ ਕਮ ਦਾ 2.5 ਘੰਟੇ ਹੋ ਗਏ ਤੇ ਫੜਿਆਂ ਨੂੰ ਬਾਕੀ ਹੱਥ ਤੇ ਪੈਰ ਨਾ ਬੁੱਢੇ ਹੋਏ ਪਏ ਆ ਤੇ ਫਿਰ ਕੀ ਆ ਬੁੱਢੇ ਦਾ ਕੀ ਹੋਊਗਾ ਦਿਲ ਜਵਾਨ ਹੋਣਾ ਚਾਹੀਦਾ ਬਾਈ ਉਵੇਂ ਬੁੱਢੇ ਨਹੀਂ ਮਤਲਬ ਸੁੰਗੜੇ ਪਏ ਆ ਦੇਖਦਾ ਸੀ ਇਹ ਪਤਾ ਕਾਹ ਤੋਂ ਹੁੰਦੇ ਆ ਹੁਣ ਪੀਣ ਲੱਗਣਾ ਹੁੰਦਾ ਪਤਾ ਨਹੀਂ ਕੋਈ ਬਿਮਾਰੀ ਹੁੰਦੀ ਐ ਨਹੀਂ ਹੁੰਦਾ ਇਹ ਤਾਂ ਹੁੰਦੇ ਆ ਵੀ ਆਪਣੇ ਸਰੀਰ ਨਾਲ ਪਾਣੀ ਵਿੱਚ ਗ੍ਰਿਪ ਵਧੀਆ ਬਣ ਸਕੇ ਤਾਂ ਹੁੰਦੇ ਆ ਹਾਂ ਬਾਏ ਕੋਈ ਦੇਵਤਾ ਆਇਆ ਪਾਣੀ ਦੇ ਵਿੱਚੋਂ ਸਲਾਹ ਦੇ ਕੇ ਚਲਾ ਗਿਆ ਵਾਪਸ
ਬੱਲੇ ਓਏ ਇਹ ਕਿਹੋ ਜਿਹਾ ਲੱਗਦਾ ਪਿਆ ਓਏ ਓਏ ਕਵੇ ਦਾ ਬੰਦਾ ਓਏ डड्डू भज बाहर चला गया बाहर चला गया आ की डड्डू फिर मैं दिखा के होना मेरा तो बी चा पीनी हजे पूरा होया हजे मैं ढाई बजे सी यार मैं तो बहर हो गया चैलेंज तो क्योंकि मैं बहर यार देखो भाई मैं आना नहीं सीगा डड्डू करके आया मैं आप तो नहीं आया भाई नहीं भाई आप नहीं आया तो मेरा वही हक बनता ना मैं दोबारा आवां भाई हां इन्ने मेनू हरवाता यार इंदे करके मैं बाहर आ गया छाल मार के जे इधर आ गया ठोडा भी ओखा हो जाना काम बुटर ट्राई कर बुटर ओदा मरना दंदी दंदी मार दूं बुटर कहंदा तू बाहर कढ़ना बोकना फड़ के ले चलो भाई हुन बुटर वीरे ਥੋੜੀ ਵਾਰੀ ਆ ਬਾਹਰ ਚਲਾ ਗਿਆ ਓ ਨਹੀਂ ਨਹੀਂ ਆ ਗਿਆ ਬਸ ਆ ਗਿਆ ਆ ਕੀ ਆ ਗਿਆ ਬਸ ਬਾਹਰ ਚਲਾ ਗਿਆ ਵੀਰੇ ਤੂੰ ਬਾਹਰ ਗਿਆ ਮੈਂ ਨਹੀਂ ਅਮਰ ਰਹਿ ਗਿਆ ਬਸ ਇੱਕ ਵਾਰੀ ਬਈ ਬੁੱਟਰ ਪੰਗੇ ਲਊਗਾ ਅੰਦਰ ਆ ਡੱਡੂ ਨੂੰ ਫੁਹਾਰਾ ਚਲਾਤਾ ਉਹਦੇ ਬਈ ਗਰਮ ਗਰਮ ਬਹੁਤ ਆ ਬਾਹਰਲੇ ਪਾਸੇ ਕੀ ਕਰ ਆ ਉਹ ਬਿਹਤਰ ਨਾ ਸਰਦੀ ਮੇਰੇ ਕੋਲੇ ਬੁੱਟਰ ਹੱਸੇ ਸੜ ਤਾਂ ਬਸੇ ਚਪੇੜਾ ਵਾਲੀਆਂ ਮਾਰੂੰਗਾ ਕਿਤਾ ਗੰਦਾ ਜਾ ਯਾਰ ਓਏ ਇਹ ਨਾ ਖਿੱਚਣਾ ਆ ਨਹੀਂ ਖਿੱਚਿਆ ਜਾਣਾ ਬੁੱਟਰ ਰਹਿਣ ਤੇ ਆ ਦੇਖੋ ਇਹਦੇ ਨਾਲ ਖਿੱਚਣ ਨੂੰ ਫਾਇਦਾ ਡੱਡੂ ਨੂੰ पूल बचा लिया पूल का रक्षक ਰਕਸ਼ਕ ਸੋਰੀ ਨਿੱਕੇ ਉਹਨੇ ਫੜ ਲੈਂਦਾ ਹੁਣ ਤਾਂ ਬੜਾ ਡਰ ਜਾ ਲੱਗਾ ਯਾਰ ਕਈ ਉਹਨੂੰ ਹੁਣ ਵਿਚਾਰੇ ਨੂੰ ਉੱਤੇ ਤੂੰ ਬਾਹਰ ਜਾਣਾ ਉਹ ਬੁੱਟਰ ਨੇ ਕਹਿੰਦੇ ਚੱਕ ਕੇ ਮਾਰਿਆ ਬਾਹਰ ਨੂੰ ਬਈ ਬੁੱਟਰ ਮੈਨ ਉਹ ਤਾਂ ਮੈਚ ਲੈ ਗਿਆ ਉੱਧਰ ਗਿਆ ਹੁੰਦਰ ਨਾਲ ਹੀ ਭੱਜ ਗਿਆ ਆ ਪਤਾ ਤਾਂ ਆ ਰਿਹਾ ਉਹ ਉੱਧਰ ਭੱਜ ਗਿਆ ਸੀ ਮੈਂ ਦੇਖਿਆ ਸੀ ਉਹ ਪਤੇ ਲੈਂਡਿੰਗ ਕਰਕੇ ਅੱਗੇ ਜਾ ਵੜਿਆ ਹੁਣ ਯਾਰ ਦੁਬਾਰਾ ਜਾ ਹੋ ਗਿਆ बुटर घबर गया हुण वीरे सानू लग गई भुख तू तो हैगा बाहर ठीक है हुण साडे वास्ते कोई खाण नू लैके आ यार दस देखो भाई ये की गल बनी है की गल की नहीं बनी भाई सानू भुख लगी है हुण जवा दा लै आ कुछ ना कुछ हैं की बर्गर लेके आएगा जो तू कहेगा ओए भरावा मेरा तो गला बर्गर हैं बर्गर लेके आ बर्गर हां तां फिर जावा भाई नूडल वाले लेके आई ठीक है ना फुक के ना चक लेई हो गया रवि बर्गर बार नहीं है बर्गर बार पेरी पेरी फ्राइज लेने ना तेरे पैरी ना पैरी हूँ आप बस खाने ऑर्डर करता हो थोड़े टाइम बच्चे अपनी मील आ जूगी तो यार मेरा सुपना 24 घंटे में रहा पूरा नहीं होया डड्डू करके सारा डड्डू फुद्दू निकलिया वो डड्डू ने सारे ने मैं डराता वे अपने तो डर गया होना बई जी हूँ अपने बर्गर हो चुके रेडी तो मुंडे अपने आ रहे आलो जी आपका आपका बर्गर बर्गर फड़ो तैरने छड़ते ਸੀ ਆਪੇ ਖਾਲਾਂਗੇ ਜੇ ਵੀਰੇ ਨਾ ਤੇਰਾ ਜੇ ਡੁੱਬ ਗਿਆ ਫੇਰ ਤੇ ਡੁੱਬ ਗਿਆ ਫੇਰ ਭਾਈ ਨਾ ਇਹਨਾ ਕਰ ਓਏ ਓਏ ਪਾਣੀ ਚਲੇ ਗਿਆ ਬੱਚੋ ਰਹਿਣ ਦੇ ਰਹਿਣ ਦੇ ਫਰਤਰੀ ਵੀਰੋਂ ਰਹਿਣ ਦੇ ਓਏ ਉਹ ਤੇਰੀ ਦੀ ਓਏ ਡੁੱਬ ਨਾ ਓਏ ਡੁੱਬ ਨਾ ਓਏ ਬੁੱਟਰ ਦੇਖ ਲੈ ਸਾਰੇ ਪੈਸੇ ਖਰਾਬ ਹੋ ਜਾਣੇ ਆ ਇਹ ਡੁੱਬੂਗਾ ਰਹਿਣ ਦੇ ਰਹਿਣ ਦੇ ਡੁੱਬੂਗਾ ਬਈ ਇੱਥੇ ਤੇ ਕਲਾਸ ਆਉਂਦੇ ਆ ਬਾਈ ਕੋਖ ਬੋ ਲੱਗੀ ਆ ਹਾਂ ਉਰੇ ਦਾ ਆ ਸਕਦੇ ਹੋ ਮੈਂ ਚਲੋ ਬਾਹਰ ਹੀ ਆ ਖਾਲੋ ਖਾਲੋ चलो भाई हुण आपां खाने आ ते मेरा दिल कर रहा पूल च बह के खावां इहनूं यार
ਭਾਈ ਆਪਾਂ ਉੱਥੇ ਜਾ ਸਕਦੇ ਆ ਉੱਥੇ ਬੈਗ ਖਾ ਸਕਦੇ ਆ ਬੜਾ ਦਿਲ ਕਰਦਾ ਸਹੀ ਗੱਲ ਆ ਯਾਰ ਬੈਗ ਖਾਦਾ ਜਾਵੇ ਪਰ ਮੈਂ ਤਾਂ ਬਾਹਰ ਆ ਗਿਆ ਸੀ ਵੀਰੇ ਤੂੰ ਇੱਕ ਵਾਰ ਡੱਡੂ ਨੂੰ ਉਹ ਚੱਕਣ ਲਈ ਬਾਹਰ ਆ ਗਿਆ ਸੀ ਹਨਾ ਇਹ ਗੱਲ ਸੁਣ ਇਹ ਤਾਂ ਆ ਗਿਆ ਬਾਹਰ ਇਹ ਬਾਹਰ ਆ ਗਿਆ ਸੀ ਹਨਾ ਹਾਂ ਤੇ ਫਰੈਂਡ ਤੇ ਚੈਲੰਜ ਮੈਂ ਜਿੱਤ ਗਿਆ ਮੈਂ ਅੰਦਰ ਰਹਿ ਗਿਆ ਸੀਗਾ ਹਾਂਜੀ ਵੀਰੇ 24 ਘੰਟੇ ਰਹੇ ਭਾਈ ਭਾਈ ਰੂਲ ਤਾਂ ਇਹੀ ਸੀਗਾ ਵੀ ਜਿੱਤ ਗਿਆ ਇਹ ਜਿੱਤੂਗਾ ਇਹ ਬਰਗਰ ਦੀ ਉੱਥੇ ਖਾਊਗਾ ਖਾ ਲੂੰਗਾ ਖਾ ਆ ਪਤਾ ਤੈਨੂੰ ਯਾਰ ਅੰਦਰ ਡਿੱਗ ਨਾ ਜਾਵੇ ਸਾਰੇ ਪੈਸੇ ਖਰਾਬ ਹੋ ਜਾਣੇ ਯਾਰ ਇਹ ਮੈਂ ਰੱਖ ਰਾਮ ਨਾਲ ਖਾਣਗੇ ਬਾਹਰ ਬਹਿ ਕੇ ਮੈਂ ਮੂੰਹ ਵੱਲ ਦੇਖੂੰਗਾ ਗੂੰ ਵੱਲ ਮੈਂ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਸੱਚੀ ਕਹਿੰਦਾ ਆ ਮਾਰ ਲਈ ਦੰਦੀ ਉਹ ਡੁੱਲ ਗਿਆ ਫੜੀ 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 ਡਨ ਜਿੱਤ ਗਿਆ ਜਿੱਤ ਗਿਆ ਜਿਹੜਾ ਤੇਰੇ ਕਰਕੇ ਦੇ ਲਾ ਉਧਰ ਬੱਥਾ ਨੇ ਹਾਰਨ ਮਾਰਦੇ ਕਹਿੰਦੇ ਅਮਨ ਜਗਰਾਓ ਜੀ ਜਿੱਤ ਗਿਆ ਬਾਕੀ ਆਪਾਂ ਮਿਲਦੇ ਨੈਕਸਟ ਘੈਂਟ ਜਿਹੇ ਵਲੌਗ ਜਾਂ ਚੈਨਲ ਦੇ ਵਿੱਚ ਟਿਲ ਦੈਨ ਪੀਸ ਆਊਟ।